हाँ कि वेलकम बैक वेलकम बैक मैं था करना ना चल तुसी फिर जी स्वेटर साहब जी स्वेटर ओ पुत्र स्पाइडर मैन ना कह दी स्वेटर साहब एक गल हो रही है मैं वेलकम बैक कर ला सो वेलकम बैक ਤੁਹਾਡਾ ਇਸ ਪ੍ਰੋਗਰਾਮ ਜਿਹਦਾ ਨਾਮ ਹੈ ਜੀ ਜਨਾਬ ਇਹ ਠੀਕ ਹੈ ਥੋੜਾ ਤੇ ਜਨਾਬ ਮੈਨੂੰ ਇੱਕ ਤੁਹਾਨੂੰ ਐਸਐਚਓ ਦਾ ਮਤਲਬ ਪਤਾ ਕਿਹਦਾ ਐਸਐਚਓ ਸਾਹਿਬ ਹਾਂ ਹੈਨਾ ਹਾਂ ਉਹ ਨਹੀਂ ਮੈਂ ਇੱਕ ਹੋਰ ਮਤਲਬ ਲੱਭਿਆ ਐਸਐਚਓ ਸਾਹਿਬ ਦਾ ਤੂੰ ਕੀ ਮਤਲਬ ਕੱਢਣ ਲੱਗ ਪਿਆ ਐਸਐਚਓ ਸਾਹਿਬ ਨਾ ਨਹੀਂ ਹਾਂ 100 ਰੁਪਿਆ ਹੈ ਓਏ ਓਏ ਓ ਪੁੱਤਰ ਓ ਪੁੱਤਰ ਮੈਂ ਕਿਉਂ ਬੰਦ ਕਰਾਣਾ ਤੂੰ ਆਪਣਾ ਆਪ ਥਾਣੇ ਆਉਣ ਲਈ ਕੀ ਹੋ ਗਿਆ ਤੈਨੂੰ ਮੈਂ ਮੈਨੂੰ ਪਤਾ ਲੱਗਾ ਥਾਣੇ ਜਾ ਕੇ ਇਹਦਾ ਮਤਲਬ ਤੂੰ ਮੇਰੀ ਵੀ ਕੋਈ ਫੁੱਲ ਫਾਰਮ ਬਣਾਈ ਹੋਣੀ ਬਣਾਈ ਹੈ ਜੀ ਬਖੋ ਅੱਜ ਨਹੀਂ ਬਕਣੀ ਹੈ ਅੱਜ ਨਹੀਂ ਕਿਉਂ ਅੱਜ ਨਹੀਂ ਬਕਣੀ ਕੀ ਅੱਜ ਪੱਕੀ ਨਹੀਂ ਅਜੇ ਪੂਰੀ ਤਰ੍ਹਾਂ ਜੀ ਤੂੰ ਆ ਪੁੱਤਰ ਉਸ ਦਿਨ ਤੇਰੀ ਡੇਢ ਘੰਟਾ ਐਕਸਟਰਾ ਸਰਵਿਸ ਹੋਏਗੀ ਪੁੱਤਰ ਤੂੰ ਦੇਖੀ ਤੇ ਤੇਰੀਆਂ ਜਾਲੀਆਂ ਕਿਵੇਂ ਸਾਫ਼ ਕਰਦਾ ਮੈਂ ਜਾਗਦੇ ਰਹੋ ਜਾਗਦੇ ਰਹੋ ਜਾ ਸੌਂ ਜਾ ਕੇ ਵੇ ਤੂੰ ਸੋਹਣਾ ਏ ਬਥੇਰਾ ਥੈਂਕ ਯੂ ਸੋ ਮਚ ਬ੍ਰਦਰ ਦਿਲ ਲੱਗਦਾ ਨੀ ਮੇਰਾ ਲੱਖ ਲਾਂ ਤੁਹਾਡੇ ਵੇ ਤੂੰ ਸੋਹਣਾ ਏ ਬਥੇਰਾ ਦਿਲ ਲੱਗਦਾ ਨੀ ਮੇਰਾ ਹੋ ਤੈਨੂੰ ਸੋਹਣੀਆਂ ਸੁਨੱਖੀਆਂ ਪਸੰਦ ਨੇ ਮੈਂ ਪੂਰੀ ਤੇਰੀ ਮੰਗ ਕਰਦੀ ਹੈ ਹੋ ਤੇਰੇ ਵਾਸਤੇ ਸੁਨਹਿਰੀ ਰੰਗ ਵਾਲਿਆਂ ਮੈਂ ਫਿਰਾਂ ਗੋਰਾ ਰੰਗ ਕਰਦੀ ਹੋ ਤੇਰੇ ਵਾਸਤੇ ਸੁਨਹਿਰੀ ਰੰਗ ਵਾਲਿਆਂ ਮੈਂ ਫਿਰਾਂ ਗੋਰਾ ਰੰਗ ਕਰਦੀ ਹੁਣ ਮੈਨੂੰ ਇਹ ਦੱਸੋ ਕਿ ਇੰਨੀ ਸਫਾਈ ਨਾਲ ਝੂਠ ਮਾਰਿਆ ਕਿੱਦਾਂ ਤੁਸੀਂ ਆਪਣਾ ਰੰਗ ਦੇਖੋ ਤੇ ਆਪਣਾ ਗਾਣਾ ਦੇਖੋ ਜਿੰਨੀ ਸਫਾਈ ਨਾਲ ਤੁਸੀਂ ਚਲਾਨ ਕੱਢਦੇ ਆ ਉਹ ਬੇਟਾ ਤੂੰ ਕਿਉਂ ਹਰ ਚੀਜ਼ ਮੂੰਹ ਦੇ ਖਿਲਾਫ਼ ਕਿਉਂ ਚੁਣੀ ਹੈ ਨਾ ਤੇਰਾ ਮੂੰਹ ਦੇ ਖਿਲਾਫ਼ ਮੱਖਣ ਗਾਣਾ ਤੇਰੇ ਮੂੰਹ ਦੇ ਖਿਲਾਫ਼ ਕਿ ਗੋਰਾ ਰੰਗ ਕਰਦੀ ਹੈ ਜਿਨ੍ਹਾਂ ਚੀਜ਼ਾਂ ਨਾਲ ਤੇਰਾ ਵਾਸਤਾ ਨਹੀਂ ਤੂੰ ਕਿਉਂ ਜਾਣਾ ਆਉਣਾ ਮਗਰ ਦਿਲ ਹੋਣਾ ਚਾਹੀਦਾ ਜਵਾਨ ਸ਼ਕਲਾਂ 'ਚ ਕੀ ਰੱਖਿਆ ਵਾਹ ਜੀ ਵਾਹ ਸ਼ਕਲਾਂ 'ਚ ਤੈਨੂੰ ਪਤਾ ਕੀ ਰੱਖੇ ਕੀ ਰੱਖਿਆ ਤੇਰੇ ਵਰਗੀ ਸ਼ਕਲ ਦੇਖ ਕੇ ਚਾਰ ਦਿਨ ਉਲਟੀਆਂ ਨਾ ਜਾਣ ਪੁੱਤਰ ਬੰਦੇ ਨੂੰ ਤੂੰ ਗੈਂਡੇ ਕੀ ਰੱਖੇ ਤੁਸੀਂ ਦੱਸੋ ਜੀ ਮੈਂ ਕਿੱਦਾਂ ਦਾ ਲੱਗਦਾ ਆ ਦੱਸੋ ਮਾੜਾ ਜਿਹਾ ਜੀ ਹਜੇ ਪਿਛਲੇ ਕਾਲਰ ਨੇ ਥੋੜਾ ਜਿਹਾ ਦੱਸਿਆ ਪਰ ਇਹਨਾਂ ਨੂੰ ਕਸਾ ਲੈਂਦੀ ਹੈ ਜੀ ਦੱਸੋ ਇੱਕ ਦਾ ਤੁਸੀਂ ਝੂਠ ਨਾ ਬੋਲਿਓ ਜੀ ਬਸ ਸੱਚ ਦੱਸੋ ਜੀ ਮੈਨੂੰ ਭਲਾ ਨਹੀਂ ਇਕੱਲੇ ਨੂੰ ਦੱਸ ਦਿਓ ਮੈਂ ਪੋਜ ਦੇਣ ਲੱਗਾ ਤੈਨੂੰ ਇਕੱਲਿਆਂ ਨੂੰ ਪੁੱਤਰ ਮੈਸੇਜ ਦੇ ਦੇਣਗੇ ਮੈਸੇਜ ਦੇ ਦੇਣਗੇ ਮੈਸੇਜ ਚ ਨਾ ਹਾਂ ਭਾਈ ਮੈਂ ਹੀ ਦੇਣ ਲੱਗਾ ਟੈਨਸ਼ਨ ਨਾ ਲਓ ਬਿਲਕੁਲ ਬਿਲਕੁਲ ਤੈਨੂੰ ਦੱਸਣਗੇ ਕਿ ਤੂੰ ਕਿੱਦਾਂ ਦਾ ਇਹ ਤੈਨੂੰ ਪਰਸਨਲ ਜਿਸ ਤਰ੍ਹਾਂ ਤੂੰ ਕਹਿਣਾ ਮੈਨੂੰ ਪਰਸਨਲ ਦੱਸਿਓ ਇਹ ਤੈਨੂੰ ਮੈਸੇਜ ਚ ਦੱਸਣਗੇ ਤੇ ਮੈਸੇਜ ਚ ਲਿਖਣਗੇ ਯੂ ਆਰ ਵੈਰੀ ਅਗੇਨ ਸਟਾਰ 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 ਓ ਚਾਰ ਸਟਾਰ ਯੈਸ ਵਾਹ ਜੀ ਵਾਹ ਸਟਾਰ ਹੀ ਆ ਨਾ ਫਿਰ ਮੈਂ ਪੁੱਤਰ ਜਿਨ੍ਹਾਂ ਨੂੰ ਗੱਲ ਸਮਝ ਲੱਗਣੀ ਸੀ ਉਹਨਾਂ ਨੂੰ ਲੱਗ ਗਈ ਹੈ ਤੇਰੇ ਖੋਪੜ 'ਚ ਨਹੀਂ ਵੜਨੀ ਹੈ ਇੱਕ ਮਿੰਟ ਜੀ ਮੈਂ ਕਿਉਂਕਿ ਉਹਨਾਂ ਨੇ ਗੰਦ ਲਿਖਣਾ ਨਹੀਂ ਨਾ ਉਹਦੀ ਜਗ੍ਹਾ 'ਚ ਉਹਨਾਂ ਨੇ ਸਟਾਰ 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 ਲਿਖ ਦੇਣਾ ਤੁਸੀਂ ਦੱਸੋ ਜੀ ਮੈਂ ਕਿੱਦਾਂ ਦਾ ਲੱਗਦਾ ਫਿਰ ਚੜ੍ਹਾਈ ਦੇਖੋ ਜੀ ਇੱਧਰ ਪੁੱਤਰ ਤੇਰੇ ਵਰਗੇ ਕੰਧ ਨਾਲ ਲੱਗਦੇ ਆ ਸਮਝ ਆਈ ਕਿੱਦਾਂ ਦਾ ਲੱਗਦਾ ਤੂੰ ਇਹਦੇ ਵਰਗੇ ਬਿਜਲੀ ਦੇ ਖੰਭੇ ਨਾਲ ਲੱਗਦੇ ਤੇਰੇ ਘਰਦਿਆਂ ਨੇ ਨਹੀਂ ਦੱਸਿਆ ਤੈਨੂੰ ਕਿੱਦਾਂ ਦੇ ਲੱਗਦੇ ਆ ਮੈਂ ਤੈਨੂੰ ਕੁਛ ਕਿਹਾ ਮੇਰੇ ਦਿਵਾਲੇ ਹੋਈ ਜਾਣਾ ਹੈ ਮੇਰੇ ਦਿਵਾਲੇ ਹੁੰਦਾ ਤੇ ਪੁੱਤਰ ਤੇਰਾ ਦਿਵਾਲਾ ਹੈ ਕਿੰਨਾ ਕੁ ਇੰਜ ਕਰੀਏ ਤੇਰਾ ਦਿਵਾਲਾ ਮੁੱਕ ਜਾਂਦਾ ਉਹ ਵੀ ਇਹਦਾ ਦਿਵਾਲਾ ਕਿੱਦਾਂ ਦਿਵਾਲਾ ਦੱਸ ਮੈਨੂੰ ਤੇਰਾ ਨਹੀਂ ਮੇਰੇ ਮਤਲਬ ਮੇਰੇ 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 ਬਾਹਰ ਗੱਲਾਂ ਕਰਦਾ ਜੀ ਐਡੀਆਂ ਕਿਸ਼ਤਾਂ ਦੇਣੀਆਂ ਦੁਨੀਆ ਤੇ ਚਲਾ ਕਿਉਂ ਨਹੀਂ ਜਾਂਦਾ ਮੈਂ ਚੰਗੀ ਤਰ੍ਹਾਂ ਸਮਝਾਉਣ ਡਿਆ ਮੇਰੇ ਬਾਰੇ ਓਏ ਕੀ ਚੰਗੀ ਤਰ੍ਹਾਂ ਸਮਝਾਉਣ ਡਿਆ ਮਤਲਬ ਬੋਲ ਕੇ ਦੱਸਣ ਡਿਆ ਅੱਛਾ ਅੱਛਾ ਇਹਨੂੰ ਐਂ ਘੁਮਾ ਦੋ ਇਹਦਾ ਆਲਾ ਦਵਾਲਾ ਖਤਮ ਹੋ ਜਾਂਦਾ ਮੇਰੇ ਸਪੈਲਿੰਗ ਗਲਤ ਸੀ ਜੋ ਮੈਂ ਕਿਹਾ ਆਹੋ ਗਲਤ ਸੀਗੇ ਜੀ ਤੁਸੀਂ ਆਲਾ ਸੇਮ ਗੱਲ ਸੀ ਤੈਨੂੰ ਪਤਾ ਨਹੀਂ ਤੁਸੀਂ ਆਲਾ ਕਿਹਾ ਮੈਂ ਦਵਾਲਾ ਕਹਿੰਦਾ ਹਾਂਜੀ ਹੋਰ ਕੋਈ ਨਵੀਂ ਗੱਲ ਮੈਂ ਵੀ ਇਹੋ ਜਿਹੇ ਬੰਦੇ ਹੁੰਦੇ ਆ ਇਹਨਾਂ ਨੂੰ ਆਡੀਅנס ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪਣੀ ਗੱਲ ਕਰਕੇ ਆਪੇ ਹਸਰੂਸ ਲੈਂਦੇ ਆਪੇ ਪੇਮੈਂਟ ਕਰ ਆਪੇ ਆਪਣੇ ਆਪ ਨੂੰ ਬੁੱਕ ਕਰ ਲੈਂਦੇ ਆਪੇ ਪੇਮੈਂਟ ਦੇ ਕੇ ਆਪੇ ਖੁਸ਼ ਹੋ ਜਾਂਦੇ ਆਪੇ ਕੰਸੀਲਡ ਜੀ ਫੜ ਲੈਂਦੇ ਜੀ ਆ ਤੇ ਆਪੇ ਫੇਸਬੁੱਕ ਤੇ ਬਾਂਦੇ ਕਿ ਸ਼ੋਅ ਤੇ ਆ ਅਸੀਂ ਇਹ ਵੀ ਲਿਖਦੇ ਹੁੰਨੇ ਕਿ ਅੱਜ ਬਹੁਤ ਵਧੀਆ ਚਲ ਛੱਡੋ ਬਾਰੇ ਪਰਫਾਰਮੈਂਸ ਰਹੀ ਜਿਹੜੀ ਚੀਜ਼ ਤੇ ਕੋਈ ਬਲੋਨ ਨਹੀਂ ਡਈ ਉਹ ਹੁੰਦੀ ਕਿਦਾਂ ਦੀ ਹੋਏਗੀ ਇਹ ਦੱਸ ਮਾੜਾ ਜਿਹਾ ਚਲ ਛੱਡ ਹਾਂਜੀ ਦੱਸੋ ਜੀ ਤੁਸੀਂ ਦੱਸਿਆ ਨਹੀਂ ਮੇਰੇ ਬਾਰੇ ਕੁਝ ਇੰਨਾ ਕੁਝ ਦੱਸਤਾ ਦਿੱਤਾ ਜੀ ਯਾਰ ਰਹਿੰਦੀ ਹੈ ਕਸਰ ਅਜੇ ਖੁਸ਼ ਰਹੋ ਮਾਜੀ ਸਾਰੇ ਬਾ ਸ਼ੁਕਰੀਆ ਮਹਾਰਾਜ ਸ਼ੁਕਰੀਆ ਬੱਚਿਆਂ ਨੂੰ ਸਾਡੇ ਵੱਲੋਂ ਪਿਆਰ ਦੇਣਾ ਤੇ ਤੁਸੀਂ ਸਾਡਾ 1500 ਦੇਣਾ ਤੇ ਦੇਖਿਓ ਜੇ ਕਿਤੇ ਨਿਕਲੇ
हां भाई हां जी हुण दस के हजे को कसर बाकी है बस पुत्र तेन मैं एक चीज आया मैं केड़े काम सी ओही दस लगा ओही दस लगा बेटा तू जा ब्याह ते तू जा किसे मतलब जिथे मर्जी जा जी साडा को लेना देना तू पिंड दा चौकीदार है ना हां 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 ते तेनु सरपंच तो छुट्टी लेनी पेगी वीरे हां सरपंच तो लेनी हुंदी छुट्टी थाने जी आ गए मैं थाने जा गया सिर्फ रिपोर्ट लिखाई जांदी है ते फिर रिपोर्ट लिख लो छुट्टी दी रिपोर्ट लिख लो पुत्र छुट्टी दी एप्लीकेशन हुंदी है रिपोर्ट नहीं एप्लीकेशन लिख लो यार ओए मैं मम्मी हां तेरी मम्मी बन जाओ ਹਾਂ ਪਾਪਾ ਨਾ ਕਹਿ ਦਿਓ ਕਿਤੇ ਕਿਉਂਕਿ ਉਹ ਤੇ ਉਹਨੂੰ ਬਣਾਇਆ ਹੋਇਆ ਉਹ ਤਾਂ ਮੈਂ ਹੈਗਾ ਤੇਰਾ ਪਾਪਾ ਓਏ ਇਹਨੇ ਕਹਿ ਦਿੱਤੀ ਉਹ ਪੁੱਤਰ ਪਾਪੇ ਸ਼ਬਦ ਦਾ ਜਿਹੜਾ ਲਾਸਟ ਵਾਲਾ ਡੰਡਾ ਨਾ ਉਹ ਵੀ ਤੇਰੇ ਤੋਂ ਉੱਪਰ ਜਾਂਦਾ ਕਿਹੜਾ ਹਿਸਾਬ ਨਾਲ ਪਾਪਾ ਉਹਨੇ ਕਿਹਾ ਸੀ ਉਹਨੂੰ ਪੁੱਤ ਕਿਹੜੇ ਹਿਸਾਬ ਨਾਲ ਜੀ ਪੁੱਤਰ ਤੇਰੇ ਵਰਗਾ ਪਾਪਾ ਹੋਵੇ ਚੌਥੇ ਦਿਨ ਕਟਾਪਾ ਲੱਥਿਆ ਹੋਵੇ ਉਹਦਾ ਐਡਾ ਤੂੰ ਪਾਪਾ ਕੱਟ ਪਾਪਾ ਹੈ ਤੇਰੇ ਵਰਗਾ ਪਾਪਾ ਨਹੀਂ ਕਟਾਪਾ ਹੁੰਦਾ ਉਹ ਵੀ ਇੱਧਰ ਦਾ ਪੰਜਾਬੀ ਕਟਾਪਾ ਅੱਛਾ ਫਿਰ ਪੱਕੀ ਛੁੱਟੀ ਹੈ ਜੀ ਯਾਰ ਤੂੰ ਤਾਂ ਸੱਚੀ ਕੌਣ ਛੁੱਟੀਆਂ ਲੈ ਲੈਂਦਾ ਤੂੰ ਮੈਂ ਹਾਂ 1 2 3 4 5 6 7 8 9 10 ਨਹੀਂ ਨਹੀਂ ਮਹੀਨੇ ਦੀਆਂ ਹੀ ਦਵਾਉਂਗਾ ਤੈਨੂੰ ਉਹ ਵੀ ਘੱਟੋ ਘੱਟ 8 ਮਹੀਨਿਆਂ ਦੀਆਂ ਨਹੀਂ ਨਹੀਂ ਇੰਨੇ ਦਿਨ ਤਾਂ ਮੇਰੇ ਬੱਚਿਆਂ ਨੇ ਰਹਿਣਾ ਉੱਤੇ ਕਿੱਥੇ ਵਿਆਹ ਤੇ 8 ਦਿਨ ਵਿਆਹ ਤੇ ਰਹਿਣਾ ਹਾਂ ਜੀ ਹਾਂ ਜੀ ਉਹ ਕੀ ਕਰਨਾ 8 ਦਿਨ ਵਿਆਹ ਤੇ ਤੁਸੀਂ ਸਾਰਾ ਨਵੇੜਨ ਵੱਟ ਕੇ ਆਉਣਾ ਜੀ ਤੁਹਾਡੀ ਦੀ ਫੈਮਿਲੀ ਨੇ ਆਖਰੀ ਸ਼ੱਕਰਪਾਰਾ ਵੀ ਚੁੱਕ ਕੇ ਆਣਾ ਉਥੋਂ ਦੀ ਉਹ ਜੀ ਆਪਣਾ ਵਿਆਹ ਆਪਣੇ ਵਿਆਹ ਤੇ ਤਾਂ ਫਿਰ ਜਾਣਾ ਹੀ ਪੈਂਦਾ ਓਏ ਆਪਣਾ ਵਿਆਹ ਹੋਵੇ ਤੇ ਉੱਥੇ ਸਿਰ ਰਹਿਣਾ ਪੈਂਦਾ ਜਾਣਾ ਕਿੱਥੇ ਪੈਂਦਾ ਉਹ ਤੁਸੀਂ ਗਾਣਾ ਹੀ ਸੁਣਿਆ ਆਪਣਾ ਵਿਆਹ ਕਿਦਾ ਤੇਰਾ ਆਪਣੇ ਤੋਂ ਆਪਣੇ ਹੋਤੇ ਹੈ ਹਾਂ ਬਸ ਫਿਰ ਹੋਤੇ ਆ ਤੇ ਉੱਥੇ ਆ ਉੱਥੇ ਹੋਤੇ ਆ ਪੁੱਤਰ ਤੁਹਾਡੇ ਵਰਗੇ ਆਪਣੇ ਨਹੀਂ ਨਾ ਹੋਤੇ ਤੁਹਾਡੇ ਵਰਗੇ ਸਿਰ ਖੋਤੇ ਹੁੰਦੇ ਆ ਤੇ ਕਾਲੇ ਰੰਗ ਦੇ ਦੇਖੇ ਨਹੀਂ ਕੋਈ ਓਏ ਕਾਲੇ ਰੰਗ ਦੇ ਖੋਤੇ ਕਿਹੜੇ ਹੁੰਦੇ ਦੋ ਟਾ ਵਾਧ ਰੱਖ ਦੋ ਤੇ ਇੰਜਨ ਚੱਲਣ ਲੱਗ ਜਾਂਦੇ ਆ ਦੱਸ ਕੀ ਹੋਇਆ ਜਨਾਬ ਹਾਂ ਇਹਨੂੰ ਛੱਡੋ ਤੈਨੂੰ ਫੜ ਲਈ ਨਹੀਂ ਮਤਲਬ ਹਾਂ ਮੇਰੀ ਗੱਲ ਸੁਣੋ ਹਾਂ ਲਵਿੰਗ ਮੈਡਮ ਦਾ ਖਿਆਲ ਕਰੋ ਜੀ ਉਹ ਕਿ ਨਹਿਰ ਦੇ ਕੰਢੇ ਬੈਠੀ ਹੈ ਕਿ ਉਹਦਾ ਖਿਆਲ ਕਰੇ ਡਿੱਗ ਨਾ ਪਵੇ ਨਹੀਂ ਮਤਲਬ ਇਹ ਨਾਲੇ ਲੱਗੇ ਬੈਠੀ ਗੰਦੇ ਕਿਵੇਂ ਕਿੱਥੇ ਕਿਉਂ ਨਹੀਂ ਆ ਰਹੀ ਉਹ ਪੁੱਤਰ ਕਿੰਨੇ ਵਾਰੀ ਦੱਸਿਆ ਛੁੱਟੀਆਂ ਲੈ ਕੇ ਗਈ ਆ ਉਹ ਤੇ ਆਉਣਾ ਕਿੱਦਣ ਹੈ ਮੈਨੂੰ ਡੀਐਸਪੀ ਸਾਹਿਬ ਦਾ ਫੋਨ ਆਇਆ ਸੀ ਅੱਛਾ ਉਹ ਕਹਿੰਦੇ ਤੈਨੂੰ ਤੇ ਨਹੀਂ ਐਪਲੀਕੇਸ਼ਨ ਦੇ ਕੇ ਗਈ ਪਰ ਮੈਨੂੰ ਮਾਰਕੀਟ 'ਚ ਲੱਭੀ ਸੀ ਕੁਝ ਚੀਜ਼ ਚੁੱਕਣ ਦੀ ਕਈ ਦੁਕਾਨ ਤੋਂ ਅੱਛਾ ਫਿਰ ਸੀਸੀਟੀਵੀ 'ਚ ਫੜੀ ਗਈ ਉੱਥੇ ਚਪੇੜਾ ਪਈਆਂ ਤੇ ਚਪੇੜਾ ਖਾਂਦੀ ਨੇ ਕਿਹਾ ਸੀ ਸਰ ਮੈਨੂੰ 3 ਦਿਨ ਦੀ ਛੁੱਟੀਆਂ ਚਾਹੀਦੀਆਂ ਮੈਨੂੰ ਵੀ ਸਰਪੰਚ ਸਾਹਿਬ ਨਹੀਂ ਜਾਣੀ ਜਨਾਬ ਮੈਨੂੰ ਵੀ ਸਰਪੰਚ ਦਾ ਫੋਨ ਆਇਆ ਸੀ ਤੈਨੂੰ ਹਾਂ ਜਿੱਦਾਂ ਤੇਰੀ ਸ਼ਕਲ ਨਾਲ ਮੈਨੂੰ ਨਹੀਂ ਲੱਗਦਾ ਪੁੱਤਰ ਤੇਰੇ ਕੋਲ ਫੋਨ ਹੋਣਾ ਤੇਰੇ ਕੋਲ ਸਿਰਫ ਕੀਪੈਡ ਹੋਣਾ ਉਹਦੇ 'ਚ ਅਜੇ ਤੂੰ ਫੋਨ ਪਵਾਉਣਾ ਮੈਨੂੰ ਆਇਆ ਕਸਮ ਲੱਗੇ ਬਾਬੇ ਹੀ ਸੌਣ ਲੱਗੇ ਸਟੇਜ ਤੇ ਗਾਣਾ ਪੁੱਤਰ ਇਹ ਬਸ ਇੱਥੇ ਗੱਲ ਖਤਮ ਹੋ ਗਈ ਹੈ ਹੁਣ ਚਲ ਠੀਕ